मैं सनी देओल, तुसी देख रहे हो चैनल पंजाब। ਚੋਰਾਂ ਦੀਆਂ ਵੱਡੀਆਂ ਵੱਡੀਆਂ ਵਾਰਦਾਤਾਂ ਦਾ ਤੁਸੀਂ ਅਕਸਰ ਸੁਣਿਆ ਹੀ ਹੋਣਗੀਆਂ, ਪਰ ਹੁਣ ਚੋਰਾਂ ਨੇ ਇੱਕ ਅਜਿਹੀ ਚੋਰੀ ਕੀਤੀ ਹੈ ਜਿਸ ਨੂੰ ਸੁਣ ਕੇ ਤੁਹਾਡਾ ਹਾਸਾ ਨਹੀਂ ਰੁਕਣਾ, ਜਿਹਦੀ ਸਾਰੀ ਕਰਤੂਤ ਉੱਥੇ ਲੱਗੇ ਸੀਸੀਟੀਵੀ ਕੈਮਰੇ 'ਚ ਕੈਦ ਹੋ ਗਈ। ਚੋਰ ਨੇ ਕੀ ਚੋਰੀ ਕੀਤਾ, ਦੇਖੋ ਇਹ ਪੂਰੀ ਵੀਡੀਓ। ਦੁਕਾਨਦਾਰਾਂ ਦਾ ਕਹਿਣਾ ਹੈ ਕਿ ਇਸ ਮੰਦਰ 'ਚ ਪਹਿਲਾਂ ਵੀ ਕਈ ਵਾਰੀ ਚੋਰੀਆਂ ਹੋ ਚੁੱਕੀਆਂ ਨੇ, ਪਰ ਪੁਲਿਸ ਪ੍ਰਸ਼ਾਸਨ ਵੱਲੋਂ ਇਸ 'ਤੇ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ। ਸਾਡਾ ਸ਼ਿਵਾਲਾ ਮੰਦਰ ਹੈ, ਇੱਥੇ ਰਾਤੀ ਚੋਰੀ ਹੋਈ 2 ਵਜੇ, ਪਤੀਲਾ ਕੱਢ ਕੇ ਲੈ ਗਏ ਆ। ਪਹਿਲਾਂ ਵੀ ਇੱਥੋਂ ਅੰਦਰ ਨਾਗ ਚੁੱਕ ਕੇ ਲੈ ਗਏ ਪਿੱਤਲ ਦੇ, ਕੋਈ ਸੁਣਾਈ ਨਹੀਂ। ਲੋਹੜੀ ਵਾਲੇ ਦਿਨ ਪਹਿਲਾਂ, ਇੱਕ ਦਿਨ ਪਹਿਲਾਂ ਇੱਥੋਂ ਮੇਹ ਚੁੱਕ ਕੇ ਲੈ ਗਏ ਕਾਫੀ ਦਾਂ ਦੇ, ਕੋਈ ਸੁਣਾਈ ਨਹੀਂ ਹੁੰਦੀ ਇੱਥੇ। ਚੋਰੀ ਵਧੀ ਜਾਂਦੀ। ਸੀਸੀਟੀਵੀ 'ਚ ਸਾਰੀ ਰਿਕਾਰਡਿੰਗ ਆਈ ਹੈ, ਕੈਮਰਾ ਲੱਗਾ। ਉਹ ਪਹਿਲਾਂ ਇੱਧਰੋਂ ਆਇਆ, ਉਹਨੇ ਹੌਲੀ ਹੌਲੀ ਕੁੰਡਾ ਖੋਲਿਆ ਅਤੇ ਅੰਦਰ ਵੜ ਕੇ ਪਤੀਲਾ ਬਾਹਰ ਇੱਥੇ ਉੱਤੇ ਰੱਖ ਦਿੱਤਾ ਟੈਂਕੀ ਦੇ ਉੱਪਰ, ਅਤੇ ਫਿਰ ਉੱਧਰ ਦੇਖਣ ਗਿਆ, ਚੌਂਕੀਦਾਰ ਆਇਆ ਤਾਂ ਨਹੀਂ ਕਿਤੇ। ਫਿਰ ਚੌਂਕੀਦਾਰ ਸੁੱਤਾ ਹੋਣਾ ਜਾਂ ਇੱਧਰ ਪਰੇ ਪਰਲੇ ਪਾਸੇ ਖਲੋਤਾ ਹੋਏਗਾ। ਫਿਰ ਆ ਕੇ ਹੌਲੀ ਜਿਹਾ ਇੱਥੋਂ ਨਾਲ ਕੱਢ ਕੇ ਲੈ ਗਿਆ। ਉਹਦਾ ਦੂਜਾ ਸਾਥੀ ਮੇਰੇ ਖਿਆਲ ਚੌਂਕੀਦਾਰ ਨੂੰ ਜਾਂ ਗੱਲਾਂ ਲਾਇਆ ਹੋਏਗਾ, ਉਹਨੇ ਇਸ਼ਾਰਾ ਕੀਤਾ ਉਹਨੂੰ, ਮੂਵੀ 'ਚ ਆਇਆ ਉਹਦੇ 'ਚ। ਅਤੇ ਪਹਿਚਾਣ ਹੋਈ? ਪਹਿਚਾਣ ਕੋਈ ਨਹੀਂ, ਆਪਾਂ ਫੋਟੋਆਂ ਖਿੱਚ ਕੇ ਪਾਤੀਆਂ ਵਟਸਐਪ 'ਚ, ਮੂਵੀ ਪਾਤੀ ਹੈ ਵਟਸਐਪ 'ਚ, ਜੇ ਕਿਸੇ ਨੂੰ ਪਤਾ ਲੱਗੇ ਤਾਂ ਸਾਨੂੰ ਦੱਸੇ ਨੰਬਰ 'ਤੇ। ਰਾਤੀ 2:15 ਹਾਸਾ ਹੋਇਆ ਜੀ, ਕੋਈ ਚੋਰ ਆਇਆ ਇੱਥੇ, ਤਾਲਾ ਖੁੱਲ੍ਹਾ ਰਹਿ ਗਿਆ ਇਹਨਾਂ ਦਾ, ਇਹਨਾਂ ਛਬੀਲ ਦਾ ਮੰਦਰ ਨਾਲ ਛਬੀਲ ਹੈਗੀ ਸਾਡੇ, ਉਹਦਾ ਉਹਦਾ ਲੈ ਕੇ ਤਾਲਾ ਖੁੱਲ੍ਹਾ ਰਹਿ ਗਿਆ। 2:15 ਉਹਨਾਂ ਨੇ ਚੈੱਕ ਕੀਤਾ, ਫਿਰ ਅੰਦਰੋਂ ਆਪਣਾ ਪਤੀਲਾ ਕੱਢਿਆ, ਲੈ ਕੇ ਚੋਰੀ ਕਰਕੇ ਲੈ ਗਿਆ। ਉਹਦੀਆਂ ਫੋਟੋਆਂ ਅਸੀਂ ਖਿੱਚ ਲਈਆਂ ਅਤੇ ਵਟਸਐਪ ਫੇਸਬੁੱਕ 'ਚ ਪਾਤੀਆਂ, ਜੇ ਕਿਸੇ ਨੂੰ ਪਤਾ ਲੱਗੇ ਤਾਂ ਸਾਨੂੰ ਜ਼ਰੂਰ ਦੱਸੇ, ਕਿਉਂਕਿ ਬਹੁਤ ਸਾਰੇ ਹਾਸੇ ਹੋ ਚੁੱਕੇ ਨੇ ਮੰਦਰ 'ਚ। ਹਾਂਜੀ, ਬਹੁਤ ਸਾਰੀਆਂ ਹੋਈਆਂ ਜੀ। ਪ੍ਰਸ਼ਾਸਨ ਵੱਲੋਂ ਕਦੀ ਇੱਧਰ ਧਿਆਨ ਦਿੱਤਾ ਗਿਆ? ਨਹੀਂ, ਸ਼ੇਸ਼ ਨਾਗ ਵੀ ਚੋਰੀ ਹੋਇਆ ਕਈ ਵਾਰੀ, ਅਸੀਂ ਚੋਰੀ ਹੋ ਗਏ ਮੰਦਰ 'ਚੋਂ ਕਈ ਵਾਰ, ਐਸੇ ਹਜੇ ਹਾਸੇ ਹੋਏ ਨੇ। ਇੱਕ ਵਾਰੀ ਕਹਿਤਾ ਜੀ, ਇੱਕ ਵਾਰੀ ਬਸ ਕਿਆ, ਦੁਬਾਰਾ ਪੱਕੀ ਰਿਪੋਰਟ ਹਾਂ ਚੱਲੇ ਹਾਂ ਜੀ, ਸਾਰੇ ਕੱਠੇ ਹੋ ਕੇ ਜਾ ਰਹੇ ਸੀ। ਉੱਧਰ ਪੁਲਿਸ ਦਾ ਕਹਿਣਾ ਹੈ ਕਿ ਸੀਸੀਟੀਵੀ ਫੁਟੇਜ ਸਾਡੇ ਸਾਹਮਣੇ ਆ ਗਈ ਹੈ ਅਤੇ ਇਲਾਕਾ ਵਾਸੀਆਂ ਦੇ ਬਿਆਨਾਂ 'ਤੇ ਮਾਮਲਾ ਦਰਜ ਕਰਕੇ ਜਲਦੀ ਹੀ ਚੋਰ ਨੂੰ ਕਾਬੂ ਕਰ ਲਿਆ ਜਾਵੇਗਾ। ਇਹਦੇ ਸੰਬੰਧ ਵਿੱਚ ਕੰਪਲੇਂਟ ਜਿਹੜੀ ਸੀਸੀਟੀਵੀ ਫੁਟੇਜ ਆ ਰਹੀ ਅਸੀਂ ਦੇਖਿਆ, ਜੋ ਕੰਪਲੇਂਟ ਦੇ ਵਿੱਚ ਆਏਗਾ, ਜੋ ਬਣਦੀ ਕਾਰਵਾਈ ਅਸੀਂ ਉਹ ਕਰ ਰਹੇ ਹਾਂ। ਦੇਖਿਆ ਜਾਵੇ ਤਾਂ ਅੰਮ੍ਰਿਤਸਰ ਦੇ ਚੋਰ ਅੱਜ ਕੱਲ੍ਹ ਜ਼ਿਆਦਾ ਸੁਰਖੀਆਂ 'ਚ ਰਹਿਣ ਲੱਗੇ ਨੇ, ਕਿਉਂਕਿ ਉਹ ਕੋਈ ਛੋਟੀ ਚੀਜ਼ ਹੋਵੇ ਜਾਂ ਵੱਡੀ, ਚੋਰੀ ਕਰਨ 'ਚ ਜ਼ਿਆਦਾ ਟਾਈਮ ਨਹੀਂ ਲਗਾਉਂਦੇ। ਇਸ ਨੌਜਵਾਨ ਵੱਲੋਂ ਕੀਤੀ ਚੋਰੀ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਇਹ ਚੋਰੀ ਉਹਨਾਂ ਨੇ ਮੰਦਰ ਦੇ ਬਾਹਰ ਲੱਗੇ ਠੰਡੇ ਪਾਣੀ ਦੀ ਛਬੀਲ ਦੇ ਦਰਵਾਜ਼ੇ ਤੋੜ ਕੇ ਅੰਦਰੋਂ ਟੱਬ ਚੋਰੀ ਕੀਤੇ ਨੇ। ਚੋਰਾਂ ਦੇ ਹੌਸਲੇ ਦਿਨ ਬਰ ਦਿਨ ਬੁਲੰਦ ਹੁੰਦੇ ਜਾ ਰਹੇ ਨੇ, ਸੋ ਲੋੜ ਹੈ ਪ੍ਰਸ਼ਾਸਨ ਨੂੰ ਇਹਨਾਂ ਚੋਰਾਂ 'ਤੇ ਨਿਕੇਲ ਕਸਣ ਦੀ, ਤਾਂ ਕਿ ਕੋਈ ਵੱਡੀ ਚੋਰੀ ਹੋਣ ਤੋਂ ਬਚਿਆ ਜਾ ਸਕੇ। ਅੰਮ੍ਰਿਤਸਰ ਤੋਂ ਧਰਮਵੀਰ ਗਿੱਲ ਦੀ ਰਿਪੋਰਟ, ਚੈਨਲ ਪੰਜਾਬ। ਲੇਟੈਸਟ ਅਪਡੇਟਸ ਸਭ ਤੋਂ ਪਹਿਲਾਂ ਦੇਖਣ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬ ਤੇ ਪ੍ਰੈਸ ਕਰੋ ਬੈਲ ਆਈਕਨ।